ਸਿਵਲ ਸਰਜਨ ਦਫ਼ਤਰ ਅੱਗੇ 24 ਜੁਲਾਈ ਤੋਂ ਜਾਰੀ ਭੁੱਖ ਹੜਤਾਲ ਲਗਾਤਾਰ ਜਾਰੀ। ਵਿਧਾਇਕ ਨਾਗਰਾ ਨੇ ਦਿੱਤਾ ਮੰਗ ਪੱਤਰ। ਅੱਜ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਦਫ਼ਤਰ ਵਿਖੇ 24 ਜੁਲਾਈ ਤੋਂ ਜਾਰੀ ਭੁੱਖ ਹੜਤਾਲ ਵਿੱਚ ਸੁਨੀਤਾ ਦੇਵੀ, ਬੇਬੀ ਰਾਣੀ, ਗੁਰਵਿੰਦਰ ਸਿੰਘ, ਮਨਦੀਪ ਸਿੰਘ ਅਤੇ ਅਮਰਜੀਤ ਸਿੰਘ ਸਵੇਰੇ 9 ਵਜੇ ਭੁੱਖ ਹੜਤਾਲ 'ਤੇ ਬੈਠੇ। ਅੱਜ ਇਹਨਾਂ ਕਰਮਚਾਰੀਆਂ ਤੋਂ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਆ ਕੇ ਮੰਗ ਪੱਤਰ ਲਿਆ ਅਤੇ ਮੰਗਾਂ ਮਨਵਾਉਣ ਦਾ ਆਸਵਾਸਨ ਦਿੱਤਾ। ਵਰਣਨਯੋਗ ਹੈ ਕਿ ਇਸ ਲੜੀਵਾਰ ਭੁੱਖ ਹੜਤਾਲ ਵਿੱਚ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਫੈਸਲੇ ਅਨੁਸਾਰ ਰੋਜ਼ਾਨਾ ਬਦਲ ਬਦਲ ਕੇ 5 ਮੁਲਾਜ਼ਮ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਭੁੱਖ ਹੜਤਾਲ 'ਤੇ ਬੈਠਦੇ ਹਨ, ਜੋ ਕਿ ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਨੂੰ ਲੈ ਕੇ ਵਿੱਢੀ ਗਈ ਹੈ। ਇਹਨਾਂ ਮੁਲਾਜ਼ਮਾਂ ਮੁਤਾਬਕ NHM 2211 ਅਤੇ ਠੇਕਾ ਆਧਾਰਿਤ ਮਲਟੀਪਲ ਹੈਲਥ ਵਰਕਰਸ ਨੂੰ ਪੱਕਾ ਕਰਨਾ, 1263 ਮਲਟੀਪਲ ਵਰਕਰਸ ਮੇਲ ਦਾ ਪ੍ਰਮੋਸ਼ਨ ਪੀਰੀਅਡ 2 ਸਾਲ ਕਰਨਾ ਮੁੱਖ ਮੰਗਾਂ ਹਨ। ਕੈਮਰਾਮੈਨ ਆਕਾਸ਼ਦੀਪ ਦੇ ਨਾਲ ਚੰਦਰ ਨਾਗਪਾਲ ਦੀ ਰਿਪੋਰਟ, ਫਤਿਹਗੜ੍ਹ ਸਾਹਿਬ। ਮੈਂ ਬੇਬੀ ਰਾਣੀ ANM 2211 ਹੈੱਡ NRHM ਦੇ ਅੰਡਰ PSC ਸੰਘੋਲ ਤੋਂ। ਅੱਜ ਸਾਡਾ ਜਿਹੜਾ ਹੈਗਾ ਇਹ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦਾ ਜੋ ਧਰਨਾ ਹੈਗਾ ਉਹ 12ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਹੈ। ਇਹਦੇ ਵਿੱਚ ਸਰਕਾਰ ਦੇ ਸਿਰ 'ਤੇ ਜੂੰ ਵੀ ਨਹੀਂ ਸਰਕੀ, ਸਾਨੂੰ 12 ਦਿਨ ਹੋ ਗਏ, ਸਾਡੀ ਕੋਈ ਵੀ ਸਾਰ ਨਹੀਂ ਲਈ ਗਈ। NHM 2211 ਹੈੱਡ ਅਤੇ NRHM ਦੇ ਅਧੀਨ ਜੋ ਵੀ ਸਾਡਾ ਮਲਟੀਪਰਪਸ ਹੈਲਥ ਕੈਡਰ ਹੈਗਾ ਹੈ ਉਹਨੂੰ ANM ਨੂੰ ਰੈਗੂਲਰ ਕੀਤਾ ਜਾਵੇ। ਸਰਕਾਰ ਨੇ ਸਾਡੇ ਸਿਰ 'ਤੇ 14-15 ਸਾਲ ਸਾਨੂੰ ਕੰਮ ਕਰਕੇ ਸਾਡੇ ਸਾਰੇ ਹੀ ਕੰਮ ਨੂੰ ਅਣਗੋਲਿਆ ਕੀਤਾ ਹੈ। ਸਾਡੇ ਸਿਰ 'ਤੇ ਲਿਆ ਕੇ ਨਵੀਂ ਭਰਤੀ ਰੈਗੂਲਰ ਭਰਤੀ ਨੂੰ ਕੱਢ ਦਿੱਤਾ ਗਿਆ ਹੈ ਅਤੇ ਸਾਡੇ ਭਵਿੱਖ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਗਿਆ। ਅੱਜ ਸਾਡੀ ਉਮਰ 10-15 ਸਾਲ ਦੇ ਵਿੱਚ ਜੋਬ ਕਰਕੇ ਵੀ ਸਾਡੀ ਉਮਰ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਅਸੀਂ ਹੋਰ ਵੀ ਕੋਈ ਕੰਮ ਨਹੀਂ ਕਰ ਸਕਦੇ, ਜਿਸ ਕਾਰਨ ਸਾਡੇ ਬੱਚਿਆਂ ਦੇ ਭਵਿੱਖ ਵੀ ਬਰਬਾਦ ਹੋਣ ਦੇ ਕੰਢੇ 'ਤੇ ਖੜ੍ਹੇ ਨੇ, ਕਿਉਂਕਿ ਸਾਡੀਆਂ ਮੰਗਾਂ ਦੇ ਵੱਲ ਕੋਈ ਵੀ ਧਿਆਨ ਕਦੇ ਵੀ ਨਹੀਂ ਦਿੱਤਾ ਗਿਆ ਸਰਕਾਰ ਵੱਲੋਂ। ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ NRHM ਦੇ ਅਧੀਨ 2211 ਅਧੀਨ ਜੋ ਵੀ ANMs ਰੱਖੀਆਂ ਗਈਆਂ ਹਨ ਕੰਟਰੈਕਟ ਦੇ, ਉਹਨਾਂ ਨੂੰ ਰੈਗੂਲਰ ਕੀਤਾ ਜਾਵੇ। ਜੋ ਨਵੀਂ ਭਰਤੀ ਕੱਢੀ ਗਈ ਹੈ ਪਹਿਲਾਂ ਸਾਨੂੰ ਰੈਗੂਲਰ ਕੀਤਾ ਜਾਵੇ, ਫਿਰ ਜੋ ਪੋਸਟਾਂ ਰਹਿ ਰਹੀਆਂ ਉਸ 'ਤੇ ਨਵੀਂ ਭਰਤੀ ਕੀਤੀ ਜਾਵੇ। ਅਤੇ 1263 ਮਲਟੀਪਰਪਸ ਹੈਲਥ ਵਰਕਰ ਦਾ ਪ੍ਰੋਵਿਸ਼ਨ ਪੀਰੀਅਡ ਹੈ ਜੋ ਉਹ 2 ਸਾਲਾਂ ਦਾ ਕੀਤਾ ਜਾਵੇ। ਅਤੇ COVID-19 ਦੌਰਾਨ ਮਲਟੀਪਰਪਸ ਹੈਲਥ ਕਾਮਿਆਂ ਵੱਲੋਂ ਪਹਿਲੀਆਂ ਮੋਰਲੀਆਂ ਸਫਾਂ ਦੇ ਵਿੱਚ ਜਿਨ੍ਹਾਂ ਨੇ ਕੰਮ ਕੀਤਾ ਹੈ ਉਹਨਾਂ ਨੂੰ ਸਪੈਸ਼ਲ ਇਨਕਰੀਮੈਂਟ ਹੈ ਜੋ ਸਰਕਾਰ ਵੱਲੋਂ ਦਿੱਤਾ।